ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੇ ਨਿਤ ਨਵੇਂ ਵੱਡੇ ਫੈਸਲੇ ਲਏ ਜਾਂਦੇ ਹਨ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ 'ਚ ਸਿਵਲ ਸਪੋਰਟ ਸਟਾਫ ਦੇ 9 ਵਰਗਾਂ ਦੀਆਂ ਅਸਾਮੀਆਂ ਲਈ ਡੋਮੇਨ ਸਪੈਸ਼ਲਿਸਟ ਵਜੋਂ 454 ਉਮੀਦਵਾਰਾਂ ਦੀ ਚੋਣ ਕਰਵਾਈ ਗਈ ਸੀ ਤੇ ਜਿਸ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਮੁਬਾਰਕਾਂ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੂੰ ਜਲਦ ਹੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਾਂਝੀ ਕੀਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਨੂੰ ਜਾਣਕਾਰੀ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਪੰਜਾਬ ਪੁਲਿਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵਿੱਚ ਸਿਵਲ ਸਪੋਰਟ ਸਟਾਫ ਦੇ 9 ਵਰਗਾਂ ਦੀਆਂ ਅਸਾਮੀਆਂ ਲਈ ਡੋਮੇਨ ਸਪੈਸ਼ਲਿਸਟ ਵਜੋਂ 454 ਉਮੀਦਵਾਰਾਂ ਦੀ ਚੋਣ ਹੋਈ ਹੈ। ਸਾਰਿਆਂ ਨੂੰ ਮੁਬਾਰਕਾਂ, ਚੁਣੇ ਗਏ ਉਮੀਦਵਾਰਾਂ ਨੂੰ ਜਲਦ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਪ੍ਰਦੂਸ਼ਣ ਤੇ ਸਿਆਸਤ ਨੂੰ ਲੈ ਕੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਿਆ ਹੈ। ਸੀਐਮ ਮਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕੇਂਦਰ ਨੂੰ ਅਪੀਲ ਕੀਤੀ ਸੀ ਕਿ ਪਰਾਲੀ ਨਾ ਸਾੜਨ ਦੇ ਬਦਲੇ ਕਿਸਾਨਾਂ ਨੂੰ 1500 ਰੁਪਏ ਮੁਆਵਜ਼ਾ ਦਿੱਤਾ ਜਾਵੇ, ਪਰ ਉਹਨਾਂ ਨੇ ਨਹੀਂ ਮੰਨੀ। ਅਸੀਂ ਕੇਂਦਰ ਨੂੰ ਇੱਕ ਹੋਰ ਹੱਲ, ਬਾਇਓਗੈਸ ਇੰਡਸਟਰੀ ਲਗਾਉਣ ਦਾ ਵੀ ਦੱਸਿਆ ਸੀ, ਪਰ ਕੇਂਦਰ ਨੇ ਇਹ ਵੀ ਮਨਜ਼ੂਰ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਕੇਂਦਰ ਗੱਲ ਗੱਲ ਤੇ ਪੰਜਾਬ ਸਰਕਾਰ ਦੇ ਸਵਾਲ ਖੜੇ ਕਰ ਰਹੀ ਹੈ। ਕੇਂਦਰ ਦੀ ਮਨਸ਼ਾ 'ਚੋਂ ਰਾਜਨੀਤੀ ਦੀ ਬੂ ਆ ਰਹੀ ਹੈ, ਇਕੱਲਾ ਦਿੱਲੀ ਪੰਜਾਬ ਤੇ ਹੀ ਸਵਾਲ ਕਿਉਂ? ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਦੇ ਕਈ ਸ਼ਹਿਰਾਂ ਦਾ AQI ਪੱਧਰ ਪੰਜਾਬ ਨਾਲੋਂ ਵੀ ਖਰਾਬ ਹੈ ਤੇ ਫਰੀਦਾਬਾਦ ਇਸ ਲਿਸਟ ਵਿੱਚ ਸਭ ਤੋਂ ਮੋਰੀ ਹੈ, ਪਰ ਕੇਂਦਰ ਇਹਨਾਂ ਸੂਬਿਆਂ ਨੂੰ ਸਵਾਲ ਕਿਉਂ ਨਹੀਂ ਕਰਦੀ? ਮੁੱਖ ਮੰਤਰੀ ਨੇ ਕਿਹਾ ਕਿ ਹਰ ਚਿੱਠੀ ਵਿੱਚ ਪੁੱਛਦੇ ਹੋ ਕਿ ਕਿਸਾਨਾਂ ਤੇ ਕਿੰਨੇ ਪਰਚੇ ਦਰਜ ਕਰ ਦਿੱਤੇ, ਕੀ ਗੱਲ ਪੰਜਾਬ ਦਾ ਕਿਸਾਨ ਅਪਰਾਧੀ ਹੈ? ਮੈਨੂੰ ਲੱਗਦਾ ਹੈ ਕਿ ਸ਼ਾਇਦ ਕੇਂਦਰ ਸਰਕਾਰ ਦੇ ਮਨ ਵਿੱਚ ਕਿਸਾਨਾਂ ਪ੍ਰਤੀ ਕਾਫੀ ਨਫ਼ਰਤ ਹੈ। ਖੇਤੀ ਅੰਦੋਲਨ ਕਰਕੇ ਕਿਸਾਨਾਂ ਤੋਂ ਕੇਂਦਰ ਸਰਕਾਰ ਨਫ਼ਰਤ ਕਰਦੀ ਹੈ। ਪੰਜਾਬ ਦੇ ਕਿਸਾਨ ਇਹ ਬਰਦਾਸ਼ਤ ਨਹੀਂ ਕਰਨਗੇ। ਅਕਾਲੀ ਦਲ ਦੀ ਸੀਨੀਅਰ ਆਗੂ ਤੇ ਸਾਬਕਾ SGPC ਪ੍ਰਧਾਨ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਨੇ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਖਿਲਾਫ਼ ਇਹ ਵੱਡੀ ਕਾਰਵਾਈ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਕੀਤੀ ਗਈ ਹੈ। ਅਨੁਸ਼ਾਸਨੀ ਕਮੇਟੀ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦੇ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਵਿੱਚ ਮੁਅੱਤਲ ਕੀਤਾ ਹੈ। ਇਸ ਤੋਂ ਇਲਾਵਾ ਅਨੁਸ਼ਾਸਨੀ ਕਮੇਟੀ ਨੇ ਬੀਬੀ ਜਗੀਰ ਕੌਰ ਤੋਂ 48 ਘੰਟਿਆਂ ਵਿੱਚ ਜਵਾਬ ਮੰਗਿਆ ਹੈ। ਪਾਰਟੀ ਨੇ ਆਖਿਆ ਕਿ ਬੀਬੀ ਜਗੀਰ ਕੌਰ ਪਾਰਟੀ ਪੱਧਰ ਤੇ ਆਪਣੀ ਗੱਲ ਰੱਖ ਸਕਦੇ ਹਨ। ਇਸ ਤੋਂ ਇਲਾਵਾ ਉਹ ਮੀਡੀਆ ਵਿੱਚ SGPC ਚੋਣਾਂ ਤੋਂ ਪੈਰ ਪਿੱਛਾਂ ਖਿੱਚਣ ਦਾ ਵੀ ਐਲਾਨ ਕਰਨ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਪਾਰਟੀ ਉਹਨਾਂ ਖਿਲਾਫ਼ ਇਸ ਤੋਂ ਸਖ਼ਤ ਕਾਰਵਾਈ ਕਰੇਗੀ। ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਖਿਲਾਫ਼ ਆਪਣੀ ਮੁਹਿੰਮ ਦੌਰਾਨ ਇੱਕ ਰਿਟਾਇਰਡ ਪਟਵਾਰੀ ਹਰਬੰਸ ਸਿੰਘ ਨੂੰ 13,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਇੱਥੇ ਵਿਜੀਲੈਂਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਹਰਬੰਸ ਸਿੰਘ ਨੂੰ ਲਹਿਰਾ ਗਾਗਾ ਦੇ ਰਜਿੰਦਰ ਸਿੰਘ ਦੀ ਸ਼ਿਕਾਇਤ ਤੇ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਸੰਪਰਕ ਕੀਤਾ ਤੇ ਦੋਸ਼ ਲਗਾਇਆ ਕਿ ਉਕਤ ਪਟਵਾਰੀ ਨੇ ਆਪਣੇ ਪਰਿਵਾਰ ਦੇ ਪਲਾਟ ਦੇ ਇੰਤਕਾਲ ਤੇ ਰਜਿਸਟ੍ਰੇਸ਼ਨ ਲਈ 13,000 ਰੁਪਏ ਲਏ ਹਨ। ਪੰਜਾਬ ਵਿਜੀਲੈਂਸ ਨੇ ਉਸਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦੋਸ਼ੀ ਪਟਵਾਰੀ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਅਪਰਾਧ ਸ਼ਾਖਾ ਥਾਣਾ ਪਟਿਆਲਾ ਨੂੰ ਵਿਜੀਲੈਂਸ ਵਿੱਚ ਭ੍ਰਿਸ਼ਟਾਚਾਰ ਰੋਕੂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ AG ਮਸੀਹ ਅਤੇ ਜਸਟਿਸ ਅਲੋਕ ਜੈਨ ਤੇ ਅਧਾਰਿਤ ਬੈਂਚ ਨੇ ਇੱਕ ਕੰਪਨੀ ਦੀ ਮਾਈਨਿੰਗ ਠੇਕਾ ਰੱਦ ਕੀਤੇ ਜਾਣ ਦੇ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਪੰਜਾਬ ਮਿਨਰਲ ਰੂਲਸ 2013 ਦੀ ਧਾਰਾ 68 ਦੀ ਉਲੰਘਣਾ ਦੱਸਦਿਆਂ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਤੇ 50,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ ਜੋ ਕਿ ਪਟੀਸ਼ਨਰ ਕੰਪਨੀ ਨੂੰ 1 ਹਫ਼ਤੇ ਦੇ ਅੰਦਰ ਦੇਣਾ ਪਵੇਗਾ। ਅਦਾਲਤ ਨੇ ਸਰਕਾਰ ਨੂੰ ਚਿੰਤਾ ਹੈ ਕਿ ਇਹ ਯਕੀਨੀ ਕੀਤਾ ਜਾਵੇ ਕਿ ਭਵਿੱਖ ਵਿੱਚ ਅਜਿਹੇ ਹੁਕਮਾਂ ਨੂੰ ਨਾ ਦੁਹਰਾਇਆ ਜਾਵੇ। ਪੰਜਾਬ ਸਰਕਾਰ ਨੇ ਕਾਂਗਰਸ ਸਰਕਾਰ ਵੇਲੇ ਪ੍ਰਾਈਮ ਵਿਜ਼ਨ ਇੰਡਸਟਰੀ ਨੂੰ ਦਿੱਤਾ ਮਾਈਨਿੰਗ ਦਾ ਠੇਕਾ 23 ਸਤੰਬਰ 2022 ਨੂੰ ਰੱਦ ਕਰ ਦਿੱਤਾ ਸੀ। ਅੱਜ ਮੈਂ ਜਿਹੜੀ ਇਹ ਹਦਾਇਤ ਦੇ ਕੇ ਗਈ ਹਾਂ ਕਿ ਜਿਹੜਾ ਇੱਥੇ ਡਰੱਗਸ ਦੀ ਸਪਲਾਈ ਹੈ, ਚਿੱਟੇ ਦੀ ਸਪਲਾਈ ਦੇ ਮੇਰੇ ਕੋਲ ਬਹੁਤ ਜ਼ਿਆਦਾ ਕੰਪਲੇਂਟਸ ਆ ਕਿ ਇੱਥੇ ਹੋ ਰਿਹਾ ਉਹਦੇ 'ਤੇ ਜਿਸ ਤਰੀਕੇ ਅਸੀਂ ਬਾਕੀ ਜਗ੍ਹਾ ਉੱਤੇ ਨੱਥ ਪਾ ਰਹੇ, ਇੱਥੇ ਵੀ ਮੈਂ ਗੱਲ ਕੀਤੀ ਹੈ ਕਿ ਜਿਹੜੀ ਚਿੱਟੇ ਦੀ ਸਪਲਾਈ ਕਰਨ ਵਾਲੇ ਸਮਗਲਰ ਨੇ ਉਹਨਾਂ ਨੂੰ ਚੱਕੋ, ਨੱਥ ਪਾਓ, ਚਿੱਟਾ ਰਹਿਣਾ ਨਹੀਂ ਚਾਹੀਦਾ ਤਾਂ ਕਿ ਜਿਹੜੀ ਪੀੜ੍ਹੀ ਹੈ, ਨੌਜਵਾਨੀ ਹੈ, ਮਾਂ ਬਾਪ ਆ, ਉਹਨਾਂ ਦੀਆਂ ਜ਼ਿੰਦਗੀਆਂ ਵੀ ਖਰਾਬ ਹੁੰਦੀਆਂ, ਬੱਚੇ ਦੀ ਜ਼ਿੰਦਗੀ ਖਰਾਬ ਹੁੰਦੀ ਹੈ, ਉੱਥੋਂ ਹੀ ਗੈਂਗਸਟਰ ਬਣਦੇ ਆ, ਉੱਥੋਂ ਹੀ ਚੋਰੀਆਂ ਹੁੰਦੀਆਂ, ਉੱਥੋਂ ਹੀ ਜੂਏਬਾਜ਼ੀ ਸ਼ੁਰੂ ਹੁੰਦੀ ਹੈ। ਕ੍ਰਾਈਮ ਦਾ ਜਨਮ ਇਸ ਚਿੱਟੇ ਨਾਂ ਦੀ ਬਿਮਾਰੀ ਤੋਂ ਹੀ ਹੁੰਦੀ ਹੈ। ਤਾਂ ਇਹਨੂੰ ਮੁਲਾਜ਼ਮਾਂ ਦੀ ਬੜੀ ਕਮੀ ਹੈਗੀ ਹੈ, ਚਿੱਟਾ ਰੋਕਣ ਦੀ ਆਪਾਂ ਗੱਲ ਕਰਦੇ ਹਾਂ, ਹਾਂਜੀ, ਕੀ ਕਰ ਰਹੀ ਹੈ ਸੋਰੀ ਸਰਕਾਰ? ਜਿੱਥੇ ਵੀ ਕਿਤੇ ਕਮੀ ਹੈ ਉਹ ਪੂਰੀ ਕਰ ਰਹੇ ਹਾਂ, ਜਿੱਥੇ ਹਰ ਮਹਿਕਮੇ ਵਿੱਚ ਕਿਤੇ ਨਾ ਕਿਤੇ ਜਿਹੜੀ ਅਧਿਕਾਰੀਆਂ ਦੀ ਕਮੀ ਹੈਗੀ ਹੈ ਉਸ ਚੀਜ਼ ਨੂੰ ਪੂਰੀ ਕਰਨ ਨੇ ਪਾਲਿਸੀਜ਼ ਨੇ। ਨਹੀਂ, ਮਾਈਨਿੰਗ ਨੂੰ ਜਿਹੜਾ ਵੀ ਕੋਈ ਕਰਵਾ ਰਿਹਾ ਉਹਦੇ 'ਤੇ ਨੱਥ ਪਾਉਣ ਦੇ ਲਈ 100% ਆ ਜਿਹੜੀ ਸਰਕਾਰ ਸਖ਼ਤ ਐਕਸ਼ਨ ਮੇਰੇ ਕੋਲ ਬਿਲਕੁਲ ਇਸ ਗੱਲ ਦੀ ਰਿਪੋਰਟ ਹੈ। ਨਹੀਂ ਦੇਖੋ ਜੀ, ਕੰਮ ਦੇਖੋ, ਮੁੱਖ ਦੀ ਗੱਲ ਇਹ ਆ ਵੀ ਮੇਰਾ ਧਿਆਨ ਵਿਕਾਸ ਵੱਲ ਹੀ ਆ,
ਮੇਰੇ ਕੋਲੋਂ ਇਹ ਵੀ ਪੁੱਛਿਆ ਕਰੋ ਵੀ ਕੀ ਕੀ ਕੰਮ ਕਰਦੇ ਪਏ ਹੋ ਹਰ ਵੇਲੇ ਅਸੀਂ ਪੋਲੀਟੀਕਲ ਗੱਲਾਂ ਦੇ ਵਿੱਚ ਕਹਿਣਾ ਕਿ ਜਿਹੜਾ ਕਿਸਾਨਾਂ ਨੇ ਧਰਨਾ ਲਾਇਆ ਸੀਗਾ ਇਹਨਾਂ ਦਾ ਇੱਕ ਸੂਰਜਮੁਖੀ ਜਿਹੜਾ ਉਹ ਨਕਲੀ ਬੀਜ ਕਰਕੇ ਇਹਨਾਂ ਦਾ ਫਸਲ ਦਾ ਨੁਕਸਾਨ ਹੋ ਗਿਆ ਸੀਗਾ ਉਹਦਾ ਹੱਲ ਕੀਤਾ ਅਸੀਂ ਥੋੜ੍ਹਾ ਜਿਹਾ ਹੱਲ ਦੇਰੀ ਨਾਲ ਹੋਇਆ ਅਸੀਂ ਹੋਰ ਕਈ ਮੁੱਦੇ ਹੀ ਉਹਨਾਂ 'ਚ ਬੜੇ ਰੁੱਝੇ ਰਹੇ ਪਰ ਤੁਸੀਂ ਸਭ ਨੇ ਦੇਖਿਆ ਹੋਣਾ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੇਤੀਬਾੜੀ ਲਈ ਪੰਜਾਬ ਦੇ ਕਿਸਾਨਾਂ ਲਈ ਕਿੰਨਾ ਸੋਚਦੇ ਆ ਪਿਛਲੇ ਦਿਨਾਂ 'ਚ ਕਿੰਨੇ ਮਸਲੇ ਉਹਨਾਂ ਨੇ ਤੁਹਾਡੇ ਹੱਲ ਕੀਤੇ ਆ ਸੋ ਅੱਜ ਅਸੀਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਮੰਨ ਲਈਏ ਔਰ ਕਿਸਾਨ ਸਾਡੇ ਨਾਲ ਸਹਿਮਤ ਹੋਇਆ ਹੁਣੇ ਹੀ ਉਹ ਆਪਣਾ ਧਰਨਾ ਜਿਹੜਾ ਉਹ ਉਠਾ ਲੈਣਗੇ ਇਸ ਕਰਕੇ ਮੈਂ ਇਹੀ ਜਾਣਕਾਰੀ ਮੈਂ ਤੁਹਾਡੇ ਰਾਹੀਂ ਦੁਨੀਆਂ ਭਰ ਦੇ ਪੰਜਾਬੀਆਂ ਨੂੰ ਦੇਣਾ ਚਾਹੁੰਦਾ ਸੀਗਾ ਕਿ ਰਾਜਪੁਰੇ ਦੇ ਚੌਂਕ 'ਚ ਲੱਗਾ ਧਰਨਾ ਜਿਹੜਾ ਉਹ ਅੱਜ ਉੱਠ ਸਾਰੀਆਂ ਮੰਗਾਂ ਕਿਸਾਨਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸੀਗੀਆਂ ਕਿਸਾਨ ਲੀਡਰਾਂ ਨੇ ਜਿੰਨੀਆਂ ਮੰਗਾਂ ਰੱਖੀਆਂ ਸੀ ਸਾਰੀਆਂ ਮੰਗਾਂ ਮੈਂ ਕਿਹਾ ਜੀ ਬਿਲਕੁਲ ਕਾਨੂੰਨੀ ਕਾਰਵਾਈ ਪੰਜਾਬ ਦੇ ਅੰਦਰ ਜਿਹੜਾ ਬੰਦਾ ਨਕਲੀ ਬੀਜ ਨਕਲੀ ਖਾਦਾਂ ਨਕਲੀ ਦਵਾਈਆਂ ਵੇਚੂਗਾ ਹਰ ਇੱਕ ਦੇ ਖਿਲਾਫ਼ ਜਿਹੜਾ ਉਹ ਐਕਸ਼ਨ ਹੋਊਗਾ ਸਖ਼ਤ ਕਾਨੂੰਨੀ ਕਾਰਵਾਈ ਵੱਡੀ ਨੀਗੀ ਇਹ ਬਹੁਤ ਛੋਟੀ ਗੱਲ ਹੈ ਮੈਂ ਆਪਣੇ ਪਰਿਵਾਰ 'ਚ ਜਾਣਾ ਮੈਂ ਆਪਣੀਆਂ ਭੈਣਾਂ ਬੈਠੀਆਂ ਉਹਨਾਂ ਕੋਲ ਆਉਣਾ ਆਪਣੇ ਭਰਾਵਾਂ ਕੋਲ ਆਪਣੇ ਬਜ਼ੁਰਗਾਂ ਕੋਲ ਮੈਂ ਕਿਹਾ ਚਲੋ ਮੈਂ ਚੱਲਦਾ ਕੋਈ ਗੱਲ ਨਹੀਂ ਮੈਂ 2 ਮਿੰਟ ਲਾ ਕੇ ਕਿਹੜੀ ਗੱਲ ਹੈ ਤੁਸੀਂ ਇੰਨੇ ਚਿਰ ਦੇ ਬੈਠੇ ਹੋ ਤੁਸੀਂ 4 ਮਹੀਨਿਆਂ ਦੇ ਬੈਠੇ ਹੋ ਤਾਂ ਮੈਂ 2 ਮਿੰਟ ਤੁਹਾਡੇ ਧਰਨੇ 'ਚ ਨਹੀਂ ਆ ਸਕਦਾ ਨਾ 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 ਕੋਈ ਗੱਲ ਨਹੀਂ ਭੈਣ ਜੀ ਤੁਹਾਡੇ ਭਰਾ ਆ ਤੁਹਾਡੇ ਪੁੱਤਰ ਆ ਘਬਰਾਓ ਨਾ ਮਾਨ ਸਾਹਿਬ ਵੀ ਤੁਹਾਡਾ ਪੁੱਤ ਆ ਸਮਝੇ ਕਿ ਸਰਕਾਰ ਤੁਹਾਡੀ ਸਭ ਮਸਲੇ ਹੱਲ ਹੋਣਗੇ ਤੁਸੀਂ ਘਬਰਾਓ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕਿਊ ਆਈ ਜਿਹੜਾ ਟੀਵੀ ਤੇ ਆਉਂਦਾ ਹੁੰਦਾ ਮੈਂ ਥੋੜਾ ਸੌਖੀ ਲੈਂਗੁਏਜ ਸਮਝਾ ਦਿੰਦਾ ਮੇਰੇ ਕੋਲ ਇੰਡੈਕਸ ਪਿਆ ਏਅਰ ਕੁਆਲਿਟੀ ਇਹਦੇ ਵਿੱਚ ਫਰੀਦਾਬਾਦ ਨੰਬਰ 1 ਤੇ ਹੈ ਹਰਿਆਣੇ ਦਾ ਸ਼ਹਿਰ ਹੈ ਇਹਦੇ ਵਿੱਚ ਮਾਨੇਸਰ ਗਵਾਲੀਅਰ ਗੁੜਗਾਓਂ ਸੋਨੀਪਤ ਲੁਧਿਆਣਾ ਵੀ ਹੈ ਪੰਜਾਬ ਦਾ ਭੋਪਾਲ ਪਾਣੀਪਤ ਕੋਟਾ ਕਰਨਾਲ ਰੋਹਤਕ ਹਿਸਾਰ ਜੋਧਪੁਰ ਇੰਦੌਰ ਮੇਰਠ ਜੈਪੁਰ ਚੰਡੀਗੜ੍ਹ ਜਬਲਪੁਰ ਪਟਨਾ ਆਗਰਾ ਬੱਦੀ ਉਦੈਪੁਰ ਅੱਜ ਮੇਰੇ ਕੋਲ ਸਾਰਾ ਸਟੇਟ ਵਾਈਜ਼ ਵੀ ਹੈ ਦਿੱਲੀ ਦੇ ਕਿਹੜੇ ਕਿਹੜੇ ਏਰੀਏ ਨੇ ਪੰਜਾਬ ਦੇ ਕਿਹੜੇ ਕਿਹੜੇ ਏਰੀਏ ਨੇ ਹਰਿਆਣੇ ਦੇ ਕਿਹੜੇ ਕਿਹੜੇ ਏਰੀਏ ਨੇ ਮੱਧ ਪ੍ਰਦੇਸ਼ ਦੇ ਕਿਹੜੇ ਏਰੀਏ ਨੇ ਉੱਤਰ ਪ੍ਰਦੇਸ਼ ਦੇ ਕਿਹੜੇ ਏਰੀਏ ਨੇ ਰਾਜਸਥਾਨ ਦੇ ਕਿਹੜੇ ਏਰੀਏ ਨੇ ਅਤੇ ਬਿਹਾਰ ਦੇ ਕਿਹੜੇ ਏਰੀਏ ਨੇ ਇਹ ਤਾਂ ਇੱਦਾਂ ਲੱਗਦਾ ਜਿਵੇਂ ਪੰਜਾਬ ਅਤੇ ਦਿੱਲੀ ਪ੍ਰਦੂਸ਼ਣ ਕਰ ਰਹੇ ਨੇ ਆਲੇ ਦੁਆਲੇ ਬਾਕੀ ਸਾਰੇ ਸਵਿਟਜ਼ਰਲੈਂਡ ਹੀ ਵੱਸਦੇ ਨੇ ਬਸ ਆਲੇ ਦੁਆਲੇ ਕੋਈ ਪੋਲਿਊਸ਼ਨ ਨਹੀਂ ਪ੍ਰਧਾਨ ਮੰਤਰੀ ਜੀ ਨੌਰਥ ਇੰਡੀਆ ਦੀ ਪ੍ਰੋਬਲਮ ਹੈ ਤੁਸੀਂ ਬਿਹਾਰ ਵਾਲਿਆਂ ਨੂੰ ਬੁਲਾਓ ਰਾਜਸਥਾਨ ਵਾਲਿਆਂ ਨੂੰ ਬੁਲਾਓ ਦਿੱਲੀ ਵਾਲਿਆਂ ਨੂੰ ਬੁਲਾਓ ਪੰਜਾਬ ਵਾਲਿਆਂ ਨੂੰ ਬੁਲਾਓ ਹਰਿਆਣੇ ਵਾਲਿਆਂ ਨੂੰ ਬੁਲਾਓ ਹਿਮਾਚਲ ਨੂੰ ਯੂਪੀ ਨੂੰ ਬੁਲਾਓ ਨੌਰਥ ਇੰਡੀਆ ਦੀ ਪ੍ਰੋਬਲਮ ਹੈ ਅਤੇ ਪੈਸਾ ਤੁਸੀਂ ਧੇਲਾ ਖਰਚ ਕੇ ਰਾਜੀ ਨਹੀਂ ਅਤੇ ਕਹਿੰਦੇ ਹੋ ਤੁਸੀਂ ਕਿ ਅਸੀਂ ਚੌਲ ਤਾਂ ਲੈ ਲਾਂਗੇ ਤੁਹਾਡੇ ਤੋਂ ਸਾਨੂੰ ਰਾਈਸ ਚਾਹੀਦੇ ਹੈ ਅੰਨਦਾਤਾ ਪਰ ਨਾਲ ਨਾਲ ਇਹ ਕਦੇ ਨਹੀਂ ਪੁੱਛਿਆ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੇ ਕਿ ਜੀ MSP 'ਤੇ ਵਿਕ ਰਿਹਾ ਹੈ ਝੋਨਾ ਜਾਂ ਜਿਹੜਾ ਚਾਈਨੀਜ਼ ਬਾਰਿਸ਼ ਆ ਗਿਆ ਸੀ ਕੁਛ ਏਰੀਏ ਦੇ ਵਿੱਚ ਉੱਥੇ ਕਿੰਨਾ ਕੁ ਝਾੜ ਘਟਿਆ ਉਹਦਾ ਮੁਆਵਜ਼ਾ ਦੇਣ ਬਾਰੇ ਸਾਨੂੰ ਰਿਪੋਰਟ ਦੇ ਦਿਉ ਇਹ ਕਦੇ ਨਹੀਂ ਪੁੱਛਿਆ ਹਾਂ ਇੰਨਾ ਜ਼ਰੂਰ ਪੁੱਛ ਲੈਂਦੇ ਨੇ ਆ ਪਏ ਨੇ ਮੇਰੇ ਕੋਲ ਆ ਚਿੱਠੀਆਂ ਦਾ ਪਲੰਦਾ ਇਹਨਾਂ ਦਾ ਪਿਆ ਹਰ ਚਿੱਠੀ 'ਚ ਪੁੱਛ ਲੈਂਦੇ ਨੇ ਕਿੰਨੇ ਪਰਚੇ ਦਰਜ ਕਰਤੇ ਜੀ ਪਿਛਲੀ ਵਾਰ ਨਾਲੋਂ ਕਿੰਨੇ ਵੱਧ ਪਰਚੇ ਦਰਜ ਕਰਤੇ ਜੀ ਕੀ ਗੱਲ ਜੀ ਪੰਜਾਬ ਦੇ ਕਿਸਾਨਾਂ ਨੂੰ ਤੁਸੀਂ ਅਪਰਾਧੀ ਸਮਝ ਰਹੇ ਹੋ ਪਹਿਲਾਂ ਤਾਂ ਉਹਨਾਂ ਤੋਂ ਚੌਲ ਲੈਂਦੇ ਹੋ ਉਦੋਂ ਅੰਨਦਾਤਾ ਚੌਲ ਲੈਣ ਤੋਂ ਬਾਅਦ ਇਮੀਡੀਏਟਲੀ ਬਾਅਦ ਅਗਲੀ ਫਸਲ ਬੀਜਣ ਤੋਂ ਪਹਿਲਾਂ ਅਪਰਾਧੀ ਪਰਚੇ ਦਰਜ ਕਰ ਦਿਓ ਜੀ ਸਾਨੂੰ ਰਿਪੋਰਟ ਦਿਓ ਜੀ ਕਿੰਨੇ ਪਰਚੇ ਦਰਜ ਕੀਤੇ ਨੇ DCs ਨੂੰ ਆਰਡਰ ਦਿਓ ਜੀ ਰੈੱਡ ਜ਼ੋਨ ਬਣਾਓ ਜੀ ਫਲਾਨਾ ਧਿਮਕਾ ਇੱਦਾਂ ਥੋੜ੍ਹੀ ਮਸਲੇ ਹੱਲ ਹੋਣਗੇ ਤੁਸੀਂ ਤਾਂ ਦੇਖੋ ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਭੱਜਦੀ ਮੈਂ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਕਲੀਅਰਲੀ ਤੁਸੀਂ AC ਕਮਰਿਆਂ ਦੇ ਵਿੱਚ ਬੈਠ ਕੇ ਸਿੱਧਾ ਬਸ ਗਾਲਾਂ ਦੇਣ 'ਤੇ ਲੱਗ ਜਾਂਦੇ ਹੋ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਐਂ ਨਹੀਂ ਕਰਦੇ ਤੁਸੀਂ ਉਹ ਨਹੀਂ ਕਰਦੇ ਸ਼ਾਇਦ ਕੇਂਦਰ ਸਰਕਾਰ ਦੇ ਮਨ ਦੇ ਵਿੱਚ ਕਿਸਾਨਾਂ ਪ੍ਰਤੀ ਪੰਜਾਬ ਦੇ ਕਿਸਾਨਾਂ ਪ੍ਰਤੀ ਬਹੁਤ ਵੱਡੀ ਨਫ਼ਰਤ ਹੈ ਜਿਹੜਾ ਅੰਦੋਲਨ ਹੋਇਆ ਜਿੱਥੇ ਘਮੰਡ ਟੁੱਟਿਆ ਸੀਗਾ ਸੈਂਟਰ ਸਰਕਾਰ ਦਾ ਸ਼ਾਇਦ ਉਹਦੇ ਕਰਕੇ ਇਹ ਪੰਜਾਬ ਦੇ ਕਿਸਾਨਾਂ ਨੂੰ ਚਾਹੁੰਦੇ ਹੀ ਨਹੀਂ ਕਿ ਉਹ ਪੰਜਾਬ ਦੇ ਕਿਸਾਨ ਜਿਹੜੇ ਨੇ ਉੱਭਰ ਜਾਣ ਜਾਂ ਪੰਜਾਬ ਦੇ ਕਿਸਾਨ ਜਿਹੜੇ ਨੇ ਉਹ ਖੁਸ਼ਹਾਲ ਰਹਿਣ ਬਦਨਾਮ ਕਰਨ 'ਤੇ ਲੱਗੇ ਹੋਏ ਹਨ
सख्त विरोध करते हैं इस गल का। पंजाब सरकार को इतनी चिट्ठियां आ चुकी केंद्र सरकार की कि कितने किसानों के खिलाफ FIR करी, कितने किसानों के खिलाफ, अरे किसानों के खिलाफ FIR करने के लिए इतने उत्साहित क्यों हो रहे हो? क्यों किसानों के खिलाफ FIR करना चाहते हो? जब तुमको घर में रोटी चाहिए होती है तो किसानों के पास जाते हो, जब तुमको घर में चावल खाने होते हैं, रोटी खानी होती है, सब्जी खानी होती है तो किसानों के पास जाते हो। किसान तुम्हारे घर तुम्हारा पेट पालते हैं और रोज रोज भगवंत मान के पास चिट्ठी जा रही है कितनी FIR करी, कितनी FIR करी, कितनी किसानों के खिलाफ FIR करने के लिए इतने। फिर जब पंजाब सरकार ने, जब केंद्र सरकार कुछ नहीं कर रही थी तो पंजाब सरकार ने एक प्रस्ताव भेजा केंद्र के पास, उनको बोला जी इस तरह से करते हैं किसानों को इंसेंटिव देते हैं कि 500 रुपये पर एकड़ दिल्ली सरकार दे दे, 500 रुपये पर एकड़ पंजाब सरकार दे दे, 1500 रुपये पर एकड़ केंद्र सरकार दे दे। उन्होंने खारिज कर दिया प्रपोजल। केंद्र सरकार का कहना है कि किसानों के लिए तो हम कुछ नहीं करेंगे, इन किसानों ने हमारे खिलाफ आंदोलन क्यों किया था 2 साल पहले, इन किसानों ने हमारे खिलाफ इतना बड़ा आंदोलन किया, अब किसानों के लिए तो हम कुछ नहीं करने वाले। केंद्र सरकार को, बीजेपी को किसानों से इतनी नफरत क्यों है? उसी नफरत का कारण है कि आज इतना धुआं चारों तरफ। हमें किसानों को समाधान देना पड़ेगा। दिल्ली सरकार अपने स्तर पे जो कर सकती है हम कर रहे हैं, हम अपने स्तर के ऊपर एयर डस्ट कंट्रोल करने की कोशिश कर रहे हैं, हम अपने स्तर के ऊपर छिड़काव कर रहे हैं, हम अपने स्तर के ऊपर कंस्ट्रक्शन रोक रहे हैं, GRAP 1 लागू कर दिया, GRAP 2 लागू कर दिया, GRAP 3 लागू कर दिया। पंजाब सरकार अपने स्तर पे जो कर सकती है कर रही है। केंद्र सरकार से आप लोग भी प्रश्न पूछिए, अगर केंद्र सरकार प्रदूषण कंट्रोल करने में कामयाब नहीं है इस्तीफा दे दे, हम करके दिखा देंगे। देखो जी मैं बधाई देना साडे साइंस एंड टेक्नोलॉजी डिपार्टमेंट नूं ते जिन्होंने ये प्रोग्राम का इतने आयोजन जोड़ा वो किया गा। इतने 3 दिन जोड़ा ये विज्ञान मेला जोड़ा करवाया जा रहा है, बेसिकली ये है भी जो बच्चा इतने आऊगा तो वह दिमाग जोड़ा विकसित होगा, डिवेलप होगा, वो दिमाग नवे आइडियाज़ आने। इस लैके असी कुछ समा पहला भी जी साइंस सिटी कपूरथला विजिट जी बच्चों की करवाई थी। हूँ मैं इतने बच्चों को पूछा, बड़े बच्चों ने मतलब कि मैंने उत्थे एक बच्ची ने स्टेज पर आ के दसिया भी जी असी उत्थे देखिया सी डायनासोर देखे, असी उत्थे जी एस्ट्रोराइड देखे। मतलब कि जदों बच्चे कितने जाते हैं कोई एक्सपैरीमेंटल चीज़ देखते हैं, क्योंकि बच्चों का दिमाग इदा का होंगे कोई एक चीज़ देखते उन्होंने देख के 10 सवाल वो दिमाग से होर पैदा होंगे। तो असं यही चाहते हाँ कि बच्चों के दिमाग जोड़े है विकसित हो, तर्क वाले पासे चलन, ये चलो जीवन के तर्क तो आऊगी हुई ये पढ़ाई के साइंस के जाके एक मतलब कि अच्छे प्लेटफॉर्म से कितने जाके स्टैबलिश जोड़ा हो सकता। अच्छा, मेरी गल सुनो, राजा वड़िंग जी कोई हुणी तो उन्हों का जन्म होया नहीं, मंत्री रहे ने पिछले समय च, तो पिछले समय का कांग्रेस का 5 साल का कोविड वाला साल छड़ दो, तो ऐतकी का कंपैरिजन कर लियो भी किहड़े साल च प्रदूषण घट है किहड़े च वध है, तुसीं किदन किहड़ा कोई कोशिश की पिछले 5 सालों से प्रदूषण घट करन दी। असी लगातार यार साडे खेतीबाड़ी मंत्री, असी लगातार साडा डिपार्टमेंट सा जगह जगह पर किसानों को बुला के मोटीवेट कर रहे हैं, एप्रीशिएट कर रहे हैं जिहड़े किसान नहीं अग ला रहे। मैं तो जिदन 2 दिन पहला मोहाली विखे प्रोग्राम किया उत्थे भी मैं तो मीडिया को बेनती की, क्योंकि उत्थे वो किसान आए थे जिन्होंने 20-20 साल तो पराली को अग नहीं लाई, 15-15 साल तो पराली को अग नहीं लाई। मैं कहा भी इन्हों टीवी पर दिखाओ।